ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਆਈ ਵਿਸ਼ ਸਾਰੇ ਬਹੁਤ ਵਧੀਆ ਹੋਣਗੇ। ਅਤੇ ਜਿਵੇਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਆਪਾਂ ਇਹਦਾ ਐਗਜ਼ੌਸਟ ਸਾਊਂਡ ਹੈ ਜਿਹੜਾ ਉਹ ਤੁਹਾਨੂੰ ਸੁਣਾਵਾਂਗੇ ਕਿਵੇਂ ਲੱਗਦਾ ਬਿਨਾਂ ਡੀਬੀ ਕਲਰ ਤੋਂ, ਕਿਉਂਕਿ ਅਸੀਂ ਡੀਬੀ ਕਲਰ ਦੇ ਕਢਾਏ ਹੋਏ ਆ। ਤਾਂ ਅੱਜ ਮੈਂ ਵੀਡੀਓ ਲੈ ਕੇ ਆਇਆ ਜੀ ਇਹਦੇ ਐਗਜ਼ੌਸਟ ਸਾਊਂਡ ਦੀ ਬਿਨਾਂ ਡੀਬੀ ਕਲਰ ਤੋਂ। ਪਤਾ ਯਾਰ ਦੇਖੋ ਖੜਾ ਯਾਰ ਕਿੰਨਾ ਜ਼ਿਆਦਾ ਸੋਹਣਾ ਲੱਗਦਾ ਹੈ ਨਾ। ਚਲੋ ਹੁਣ ਇਹਦਾ ਐਗਜ਼ੌਸਟ ਸਾਊਂਡ ਸੁਣਾਉਣਾ ਤੁਹਾਨੂੰ ਮੈਂ ਅਭੀ ਆਈ। ਇਹਨੂੰ ਸਟਾਰਟ ਕਰਨਾ ਸੀ, ਤੁਹਾਨੂੰ ਸਭ ਤੋਂ ਪਹਿਲਾਂ ਕੰਮ ਕੀ ਕਰਨਾ ਪੈਂਦਾ, ਤੁਹਾਨੂੰ ਇਹਦਾ ਸਟੈਂਡ ਚੱਕਣਾ ਪੈਂਦਾ, ਕਿਉਂਕਿ ਜਿੰਨਾ ਚਿਰ ਇਹਦਾ ਸਟੈਂਡ ਲੱਗਿਆ ਹੋਇਆ ਤੁਸੀਂ ਇਹਨੂੰ ਸਟਾਰਟ ਨਹੀਂ ਕਰ ਸਕਦੇ। ਉਦੋਂ ਬਾਅਦ ਤੁਹਾਨੂੰ ਇਹਦੀ ਚਾਬੀ, ਤੁਹਾਨੂੰ ਦੱਸੀ ਸੀ ਪਹਿਲਾਂ ਚਾਬੀ ਦੀ ਇੱਥੇ ਲੱਗੀ ਹੋਈ ਆ, ਚਾਬੀ ਨੂੰ ਔਨ ਕਰਨਾ। ਐਂਡ ਫਿਰ ਵੀ ਵੇਟ ਕਰਨੀ ਹੈ ਇਹਦੀ ਕਿ ਜਿੰਨਾ ਚਿਰ ਇਹਦਾ ਪੂਰਾ ਮਤਲਬ ਆਰ ਪੀ ਐਮ ਲੱਗ ਨਹੀਂ ਜਾਂਦੇ, ਪਲੱਸ ਇਹਦਾ ਜਿਹੜਾ ਇੰਜੈਕਟਰ ਆ, ਇੰਜੈਕਟਰ ਮੋਟਰ ਆ, ਉਹ ਚੱਕ ਕੇ ਤੁਹਾਡਾ ਫਿਊਲ ਨੂੰ ਅੱਗੇ ਮਤਲਬ ਤੇਲ ਸਪਲਾਈ ਨਹੀਂ ਕਰ ਦਿੰਦੀ, ਉਹਨੇ ਚਿਰ ਨੂੰ ਸਟਾਰਟ ਨਹੀਂ ਕਰਨਾ ਗਾ। ਹੁਣ ਇਹ ਰੈਡੀ ਹੈ, ਕਲੱਚ ਨੱਪ ਕੇ ਤਾਂ ਆਪਾਂ ਇਹਨੂੰ ਸਟਾਰਟ ਕਰ ਸਕਦੇ ਹਾਂ। ਠੀਕ ਹੈ ਜੀ, ਰੇਸ ਨਹੀਂ ਕਰਨੀ ਕਿ ਜਮਾਂ ਹੀ ਬਿਨਾਂ ਰੇਸ ਕੀਤੇ ਸਟਾਰਟ ਹੋ ਜਾਂਦਾ। ਦਿਸ ਇਜ਼ ਦੀ ਐਗਜ਼ੌਸਟ ਸਾਊਂਡ। ਸਟੈਂਡ ਲਾਉਂਗੇ ਤਾਂ ਬੰਦ ਹੋ ਜੂਗਾ, ਜਿਵੇਂ ਅਭੀ ਨੇ ਹੁਣ ਸਟੈਂਡ ਲਾਇਆ ਤਾਂ ਸਟਾਰਟ ਕਰਨ ਲੱਗੇ। ਇਹ ਕੁਛ ਇਹਦੀ ਆਵਾਜ਼ ਹੈ ਵਿਦਾਊਟ ਡੀਬੀ ਕਲਰ, ਮਤਲਬ ਆਵਾਜ਼ ਬਹੁਤ ਸੋਹਣੀ ਲੱਗਦੀ ਹੈ ਨਾ। ਬਾਕੀ ਹਰੇਕ ਬੰਦੇ ਦਾ ਆਪਦਾ ਓਪੀਨੀਅਨ ਹੁੰਦਾ, ਕਿਸੇ ਨੂੰ ਚੰਗੀ ਲੱਗਦੀ ਹੈ, ਕਿਸੇ ਨੂੰ ਨਹੀਂ ਲੱਗਦੀ, ਸਾਨੂੰ ਤਾਂ ਬਹੁਤ ਸੋਹਣੀ ਲੱਗਦੀ ਹੈ। ਬਾਕੀ ਨੀਚੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹਦੀ ਆਵਾਜ਼ ਕਿੱਦਾਂ ਦੀ ਲੱਗੀ। ਐਂਡ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।